ਅਜੇ ਕੌਮ ਟੀਵੀ ਦੇਖ ਰਹੇ ਹੋ ਤੁਸੀਂ ਅੱਜ ਅਸੀਂ ਪਹੁੰਚੇ ਮਾਨਸਾ ਜ਼ਿਲ੍ਹੇ ਦੇ ਪਿੰਡ ਰਾਏਪੁਰ ਜਿੱਥੇ ਕਿ ਲੋਹੜੀ ਦੇ ਮੌਕੇ ਜਿਹੜਾ ਤਿੰਨੇ ਕਾਲੇ ਕਾਨੂੰਨ ਲਿਆਂਦੇ ਗਏ ਸਰਕਾਰ ਵੱਲੋਂ ਉਹਨਾਂ ਦੀਆਂ ਕਾਪੀਆਂ ਜਲਾਈਆਂ ਜਾਣਗੀਆਂ ਅਤੇ ਕਿਸਾਨਾਂ ਵੱਲੋਂ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਲੋਹੜੀ ਦਾ ਤਿਉਹਾਰ ਮਨਾਇਆ ਜਾਊਗਾ। ਆਓ ਇਹਨਾਂ ਨਾਲ ਕਰਦੇ ਹਾਂ ਗੱਲਬਾਤ। ਜਿਹੜਾ ਸਾਡਾ ਅੰਦੋਲਨ ਆ ਉਹ ਸ਼ਾਂਤਮਈ ਹੈ, ਪਰ ਜਿਹੜੇ ਤਿੰਨੇ ਕਾਲੇ ਕਾਨੂੰਨ ਆਰਡੀਨੈਂਸ ਇਹਨਾਂ ਨੇ ਬਣਾਏ ਨੇ ਉਹ ਇਹਨਾਂ ਨੇ ਵਾਪਸ ਨਹੀਂ ਲਏ, ਇਸ ਕਰਕੇ ਅਸੀਂ ਸਾਰੀਆਂ ਕਾਪੀਆਂ ਮਤਲਬ ਜੀ ਲੋਹੜੀ 'ਤੇ ਸਾੜ ਦੇ। ਉਹਨਾਂ ਬਾਰੇ ਅਸੀਂ ਕੋਈ ਮੰਨਦੇ ਨਹੀਂ, ਸਰਕਾਰ ਦੀ ਸਿਆਸਤ ਹੈ, ਉਹ ਵੀ ਉਹਨਾਂ ਦੇ ਬੰਦੇ ਨੇ ਜਿਹੜੇ ਸਾਰੇ ਹੈਗੇ ਨੇ, ਅਸੀਂ ਮੈਂ ਏ ਟੂ ਜੈਡ ਉਹਨਾਂ ਬੰਦਿਆਂ ਨੂੰ ਜਾਣਦਾ। ਨਹੀਂ ਸਾਡੇ ਤੇ ਸਾਨੂੰ ਉਹਨਾਂ ਤੇ ਕੋਈ ਭਰੋਸਾ ਨਹੀਂ ਹੈ, ਉਹ ਤਾਂ ਸਰਕਾਰ ਦੇ ਬੰਦੇ ਨੇ, ਸਰਕਾਰੀ ਗੱਲ ਕਰਨਗੇ। ਅਸੀਂ ਤਾਂ ਜਿੰਨਾ ਚਿਰ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੇ ਉਹਨਾਂ ਚਿਰ ਉੱਥੇ ਧਰਨੇ ਤੇ ਬੈਠਾਂਗੇ। ਜਿਹੜਾ ਅੱਜ ਲੋਹੜੀ ਦਾ ਤਿਉਹਾਰ ਹੈ ਜੀ, ਉਹ ਅਸੀਂ ਇੱਕ ਕਾਨੂੰਨਾਂ ਦੇ ਖਿਲਾਫ ਹੈ, ਜਿਹੜੇ ਅਸੀਂ ਕਾਲੇ ਕਾਨੂੰਨ ਨੇ ਤਿੰਨ, ਉਹ ਅਸੀਂ ਲੋਹੜੀ ਦੇ ਵਿੱਚ ਕਾਪੀਆਂ ਜਿਹੜੀਆਂ ਸਾੜੀਆਂ ਨੇ ਇਹ ਮੋਦੀ ਦੇ ਕਾਲੇ ਕਾਨੂੰਨ ਬਣਾਏ ਹੋਏ ਨੇ, ਉਹਨਾਂ ਦੀ ਅਸੀਂ ਕਾਪੀਆਂ ਅੱਜ ਲੋਹੜੀ ਦੇ ਵਿੱਚ ਸਾੜ ਚੁੱਕੇ ਪਿੰਡ ਰਾਏਪੁਰ ਦੇ ਵਿੱਚ, ਅਤੇ ਜਿਹੜੇ ਕਾਲੇ ਕਾਨੂੰਨ ਨੇ ਉਹ ਰੱਦ ਹੋਣੇ ਚਾਹੀਦੇ ਨੇ। ਬਿਲਕੁਲ ਹੀ ਇਹ ਕਾਲੇ ਕਾਨੂੰਨ ਨੇ ਜਿਹੜੇ ਕਿਸਾਨਾਂ ਦੇ ਖਿਲਾਫ਼ ਨੇ, ਕਿਸਾਨਾਂ ਨੂੰ ਇਹ ਚਾਹੀਦੇ ਨਹੀਂ ਹੈਗੇ, ਮੋਦੀ ਨੂੰ ਇਹ ਚਾਹੀਦਾ ਵੀ ਇਹ ਕਾਲੇ ਕਾਨੂੰਨ ਨੇ ਜਿਹੜੇ ਇਹ ਰੱਦ ਕਰਨੇ ਚਾਹੀਦੇ ਨੇ। ਅਸੀਂ ਉੱਥੇ ਕਿਉਂ ਬੈਠੇ ਹਾਂ ਦਿੱਲੀ ਦੇ ਵਿੱਚ, ਦਿੱਲੀ 'ਚ ਕਿਉਂ ਬੈਠੇ ਅਸੀਂ ਇਸ ਕਾਲੇ ਕਾਨੂੰਨ ਨੂੰ ਰੱਦ ਕਰਾਉਣ ਵਾਸਤੇ ਬੈਠੇ ਹਾਂ? ਉੱਥੇ ਠੰਡ ਦੇ ਵਿੱਚ ਲੋਕ ਮਰ ਰਹੇ ਨੇ, ਕਿਉਂ ਮਰ ਰਹੇ ਨੇ? ਉਹ ਕਾਲੇ ਕਾਨੂੰਨ ਰੱਦ, ਸਾਡੀਆਂ ਜ਼ਮੀਨਾਂ ਜਾ ਰਹੀਆਂ ਨੇ, ਸਾਡੀਆਂ ਜ਼ਮੀਨਾਂ ਸਾਨੂੰ ਚਾਹੀਦੀਆਂ ਨੇ, ਸਾਡੇ ਬੱਚੇ ਗਾਹਾਂ ਕੀ ਖਾਣਗੇ? ਠੀਕ ਹੈ ਨਾ, ਸਾਡੇ ਬੱਚੇ ਜੇ ਜ਼ਮੀਨਾਂ ਸਾਡੀਆਂ ਹੋਣਗੀਆਂ ਤਾਂ ਸਾਡੇ ਬੱਚੇ ਖਾਣਗੇ ਗਾਹਾਂ ਜਾ ਕੇ? ਸਾਡੀਆਂ ਤਿੰਨ ਪੁਸਤਾਂ 'ਚ ਖਾਂਦੇ ਆਏ ਹੈ, ਚਾਰ ਪੁਸਤਾਂ 'ਚ ਖਾਂਦੇ ਆਏ ਹੈ। ਜਿਹੜੇ ਸਾਡੇ ਕਾਲੇ ਕਾਨੂੰਨ ਹੈ ਇਹ ਵਾਪਸ ਹੋਣੇ ਚਾਹੀਦੇ। ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਸਰਕਾਰ ਨੂੰ ਵੀ ਇਹ ਕਾਲੇ ਕਾਨੂੰਨ ਰੱਦ ਕਰੇ। ਸੁਪਰੀਮ ਕੋਰਟ ਨੂੰ ਵੀ ਇਹ ਕਹਿੰਦੇ ਹਾਂ ਵੀ ਕਾਲੇ ਕਾਨੂੰਨ, ਸੁਪਰੀਮ ਕੋਰਟ ਜਿਹੜਾ ਇਹ ਕਹਿੰਦਾ ਵੀ ਅਸੀਂ ਕਮੇਟੀ ਬਣਾ ਲਈ, ਉਹ ਕਿਹੜੇ ਕਿਸਾਨਾਂ ਦੀ ਕਮੇਟੀ ਆ? ਕੋਈ ਕਿਸਾਨ ਨਹੀਂ ਹੈਗਾ ਉਹਦੇ ਵਿੱਚ, ਕਿਹੜੇ ਕਿਸਾਨ ਨੇ ਜਾਂ ਸਾਡੇ ਕਿਸਾਨ ਨੂੰ ਲੈਣ ਵਿੱਚ? ਉਹ ਅੱਜ ਅਸੀਂ ਸਾਡੇ ਪਿੰਡ ਰਾਏਪੁਰ ਦੇ ਵਿੱਚ ਜਿਹੜਾ ਲੋਹੜੀ ਦਾ ਤਿਉਹਾਰ ਮਨਾਉਂਦੇ ਹਾਂ ਉਹਦੇ ਸੰਬੰਧ ਵਿੱਚ ਸਾਰੇ ਇਕੱਠੇ ਹੋਏ ਮੇਰੇ ਵੀਰ ਬਜ਼ੁਰਗ ਮਾਤਾਵਾਂ ਭੈਣਾਂ ਬੱਚੇ ਇੱਕ ਰੋਸ ਵਜੋਂ ਇਕੱਠੇ ਹੋਏ ਹੈਗੇ ਕਿ ਅਸੀਂ ਲੋਹੜੀ ਦੇ ਤਿਉਹਾਰ ਉੱਪਰ ਜੋ ਮੋਦੀ ਸਰਕਾਰ ਵੱਲੋਂ ਕਾਲੇ ਕਾਨੂੰਨ ਲਾਏ ਗਏ ਹੈ ਉਹਨਾਂ ਦੀਆਂ ਇੱਥੇ ਕਾਪੀਆਂ ਸਾੜੀਆਂ ਗਈਆਂ ਅਤੇ ਉਸ ਕਾਨੂੰਨ ਦੇ ਖਿਲਾਫ਼ ਅਸੀਂ ਇੱਥੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਅਤੇ ਜਿੰਨਾ ਵੀ ਮਤਲਬ ਸਾਡਾ ਪਿੰਡ ਦਾ ਸਾਥ ਹੈਗਾ ਇਹ ਸਾਰਾ ਇੱਕ ਹੈਗਾ ਅਤੇ ਅਸੀਂ ਇਹ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਨਹੀਂ ਆ। ਅੱਗੇ ਜਿਹੜਾ 26 ਜਨਵਰੀ ਦਾ ਪ੍ਰੋਗਰਾਮ ਲੀਕਿਆ ਗਿਆ ਟਰੈਕਟਰ ਮਾਰਚ ਦਾ, ਉਹਦੇ ਵਿੱਚ ਅਸੀਂ ਸਾਰੇ ਪਿੰਡ ਵੱਲੋਂ ਵੱਧ ਚੜ੍ਹ ਕੇ ਹਿੱਸਾ ਲਵਾਂਗੇ। ਪਹਿਲਾਂ ਪਿੰਡ ਦਾ ਕੀ ਸਹਿਯੋਗ ਰਿਹਾ ਜੀ ਉਸ ਜਿਹੜੇ ਰੋਸ ਮਾਰਚ ਦੇ ਵਿੱਚ, ਕੀ ਪਿੰਡੋਂ ਕੋਈ ਸੇਵਾ ਗਈ ਹੈ ਜਾਂ ਕੀ ਉਹਦੇ ਬਾਰੇ ਜਾਣਕਾਰੀ? ਸਾਡੇ ਪਿੰਡ ਦਾ ਇਸ ਸੰਬੰਧ ਵਿੱਚ ਬਹੁਤ ਵੱਡਾ ਸਹਿਯੋਗ ਰਿਹਾ ਜੀ। ਬਹੁਤ ਵਾਰ ਉੱਥੇ ਮਤਲਬ ਅਸੀਂ ਲੱਕੜਾਂ ਹੋ ਗਈਆਂ, ਟੈਂਟ ਹੋ ਗਿਆ, ਭਾਂਡੇ ਹੋ ਗਏ ਜਾਂ ਖੋਆ ਵਗੈਰਾ ਹੋ ਗਿਆ, ਜਿੰਨੀ ਵੀ ਚੀਜ਼ ਦੀ ਉੱਥੇ ਲੋੜ ਹੈਗੀ ਹਰ ਇੱਕ ਚੀਜ਼ ਉੱਥੇ ਪਹੁੰਚਦੀ ਰਹੀ ਹੈ।
और बख बख मतलब जथियां दे रूप विच मतलब साडे पिंडों तकरीबन हर एक बंदा मतावां भैणा बच्चे जांदे रहेंगे ते जांदे भी रहेंगे। जिहड़ा सुप्रीम कोर्ट वालों फैसला लिया गया कि कानून जिहड़े स्टे कीते जाणगे उहदे प्रति किसानां दा की प्रतिक्रम है, तुहानूं की लगदा किसानां तों खुश हैगे आ जां नहीं हैगे जां उहदे यकीन है जां नहीं? देखो जी, उह किसानां दे बिल्कुल उल्ट है। जिहड़े चार बंदे उन्होंने कमेटी दे विच लैणगे उह चारों ही बंदे सरकार देणगे। किसानां ने तां उहदे विच स्पष्ट तौर पर जवाब देता भी साडा इस कानून नाल जां सोडे फैसले नाल कोई संबंध नहीं, किसानां नूं उह फैसला कोई मंजूर नहीं है। छब्बी जनवरी का जो रोस मार्च है ट्रैक्टर का किसानों वालों वो एक बिल्कुल शांतमई होगा, कोई उत्थे हिंसा नहीं होगी, कोई हुल्लड़बाजी नहीं होगी। ये तो सारे किसान नेता पहले ही कह चुके हैं कि साडा कोई बंदा हुल्लड़बाजी नहीं करूगा। अगर कर जे कोई हुल्लड़बाजी होगी तो सरकार दी होगी, किसानों वालों कोई नहीं होगी, किसान बिल्कुल शांत होणगे। सत श्री अकाल जी, अज असी इत्थे मीनस जिहड़ी काले कानून दी मीनस पेजिस सी है ना, कॉपियां सी वो साड़ियां ने, ते मीनस जिहड़े कानून ने ये किसानों के खिलाफ ने, जिहड़ा उत्थे 26 जनवरी नूं है ना रोस प्रदर्शित होना, उहदे च असी बच्चे भी हिस्सा लवांगे जाके। सो तुसीं देखिया कि जे पिंड मानसा जिले के पिंड रायपुर के किसानों द्वारा जिहड़े काले कानून दी कापियां सी साड़ियां गईयां ने, ते होर भी सारे पिंडां दे विच अज लोहड़ी दा त्यौहार जिहड़ा जिवें कि पहलां दिवाली दा त्यौहार काला मनाया गया, इस तरह लोहड़ी दा त्यौहार बिल्कुल नहीं मनाया गया। कोई क्योंकि किसान कह रहे हैं कि साडे किसान तां उत्थे सड़कां ते बैठे है, ते किन्ने साडे किसान जिहड़े उत्थे मोर्चे दे विच शहीद हो रहे हैं, इस करके सानूं लोहड़ी दे त्यौहार की कोई खुशी नहीं। असी काले कानून जिहड़े उन्हां दी कापियां सड़ के त्यौहार मना रहे हैं। होर भी सारे पिंडां दे विच जथेबंदियां द्वारा भी होर जिन्हें भी किसान हितैषी लोग ने सारे द्वारा काले कानून दे कापियां सड़ के मोदी सरकार के पुतले फूक के धरना प्रदर्शन करके लोहड़ी का त्यौहार मनाया गया।